ਹਾਂਜੀ ਸਤਿ ਸ਼੍ਰੀ ਅਕਾਲ। ਲਓ ਜੀ, ਅੱਜ ਆਪਾਂ ਨੌਨ ਵੈਜ ਲਵਰਸ ਲਈ ਇੱਕ ਬਹੁਤ ਹੀ ਵਧੀਆ ਅਤੇ ਈਜ਼ੀ ਰੈਸਪੀ ਲੈ ਕੇ ਆਈ ਹਾਂ, ਬੱਕਰੇ ਦਾ ਅਚਾਰ। ਤੁਸੀਂ ਇਸ ਨੂੰ ਆਲਮੋਸਟ 3 to 4 month ਲਈ ਸਟੋਰ ਕਰਕੇ ਫਰਿੱਜ 'ਚ ਰੱਖ ਸਕਦੇ ਹਾਂ, ਅਤੇ ਸਪੈਸ਼ਲੀ ਬਾਹਰਲੀਆਂ ਕੰਟਰੀ 'ਚ ਆਪਾਂ ਸਾਰੇ ਕੰਮ ਕਰਦੇ ਹਾਂ, ਤਾਂ ਸਪੈਸ਼ਲੀ ਇਕੱਠਾ ਬਣਾ ਕੇ ਸਟੋਰ ਕਰਕੇ ਰੱਖ ਲਓ। ਸਭ ਤੋਂ ਪਹਿਲਾਂ ਆਪਾਂ ਇੱਕ ਬਾਊਲ ਦੇ ਵਿੱਚ 800 grams ਅਰਾਊਂਡ ਬੋਨਲੈਸ ਲੈਮ ਦੇ ਪੀਸਿਸ ਲਵਾਂਗੇ, ਅਤੇ ਉਸ ਨੂੰ ਨਮਕ 1 tablespoon ਅਤੇ 1 cup ਆਫ ਵਿਨੇਗਰ ਦੇ ਵਿੱਚ ਡਬੋ ਕੇ ਆਲਮੋਸਟ 1 to 1.5 hours ਲਈ ਘੱਟੋ ਘੱਟ ਰੱਖਣਾ, ਅਤੇ ਆਪਣੇ ਮੀਟ ਨੂੰ ਚੰਗੀ ਤਰ੍ਹਾਂ ਨਮਕ ਅਤੇ ਵਿਨੇਗਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ। ਬਹੁਤ ਈਜ਼ੀ ਹੈ, ਇੱਦਾਂ ਹੀ ਲੱਗਦਾ ਹੈ ਕਿ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਬੱਕਰੇ ਦੇ ਅਚਾਰ ਬਣਨ ਨੂੰ। ਐਕਚੁਲੀ ਲੈਮ ਕਰੀ ਬਣਾਉਣ ਨਾਲੋਂ ਲੈਮ ਦਾ ਅਚਾਰ ਬਣਾਉਣਾ ਜ਼ਿਆਦਾ ਸੌਖਾ ਹੈ। ਦੇਖੋ ਜੀ, ਆਲਮੋਸਟ 1 hour ਤੋਂ ਵੀ ਜ਼ਿਆਦਾ ਹੋ ਗਿਆ, ਮੇਰੇ ਮੀਟ ਦਾ ਕਲਰ ਦੇਖੋ ਤੁਸੀਂ ਚੇਂਜ ਹੋ ਗਿਆ, ਥੋੜ੍ਹਾ ਵਾਈਟਿਸ਼ ਜਿਹਾ ਹੋ ਗਿਆ, ਕੁਝ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤੁਹਾਡਾ। ਹੁਣ ਆਪਾਂ ਇੱਕ ਸਟੇਨਰ ਦੀ ਹੈਲਪ ਦੇ ਨਾਲ ਆਪਣੇ ਮੀਟ ਨੂੰ ਸਾਰੇ ਨੂੰ ਸਟੇਨ ਕਰ ਲਾਂਗੇ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਅਤੇ ਹੁਣ ਇੱਕ ਸਪੈਚੁਲਾ ਦੀ ਹੈਲਪ ਦੇ ਨਾਲ ਆਪਾਂ ਆਪਣੇ ਮੀਟ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਾਂਗੇ, ਤਾਂ ਜੋ ਉਹਦੇ ਵਿੱਚ ਐਕਸਟਰਾ ਵਿਨੇਗਰ ਜਾਂ ਨਮਕ ਦਾ ਪਾਣੀ ਸਾਰਾ ਸਟੇਨ ਹੋ ਜੇ। ਅਗਰ ਤੁਹਾਨੂੰ ਸਪੈਚੁਲਾ ਦੇ ਨਾਲ ਪ੍ਰੋਪਰਲੀ ਤੁਸੀਂ ਨਹੀਂ ਉਹਨੂੰ ਦੱਬ ਸਕਦੇ, ਤਾਂ ਆਪਣੇ ਪੰਜਾਬੀ 'ਚ ਕਹਿੰਦੇ ਹਾਂ ਚੰਗੀ ਤਰ੍ਹਾਂ ਆਪਣੇ ਹੱਥਾਂ ਦੀ ਹੈਲਪ ਦੇ ਨਾਲ ਉਸ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ। ਹੁਣ ਆਹ ਦੇਖੋ, ਸਾਰਾ ਪਾਣੀ ਨਿਕਲ ਗਿਆ, ਅਤੇ ਅਸੀਂ ਆਪਣੇ ਮੀਟ ਨੂੰ ਸਾਈਡ 'ਤੇ ਰੱਖਦਾ। ਇਹ ਹੁਣ ਮੈਨੇ ਮੀਡੀਅਮ ਫਲੇਮ 'ਤੇ ਇੱਕ ਪੈਨ ਲੈ ਲਿਆ, ਉਹਦੇ ਵਿੱਚ ਮੈਂ ਐਡ ਕਰੂੰਗੀ 1 tablespoon ਆਫ ਸੌਂਫ, 1 tablespoon ਆਫ ਜੀਰਾ, 1 tablespoon ਆਫ ਮਸਟਰਡ ਸੀਡ, 1 coriander seeds, 5 to 6 ਡਰਾਈ ਰੈਡ ਚਿਲੀਜ ਐਂਡ 1/2 tablespoon ਆਫ ਮੇਥੀ ਦਾਣਾ। ਹੁਣ ਆਪਾਂ ਆਪਣੀ ਮੀਡੀਅਮ ਫਲੇਮ 'ਤੇ ਆਪਣੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ। ਆਪਾਂ ਨੇ ਆਪਣੇ ਮਸਾਲੇ ਨੂੰ ਬਰਾਊਨ ਨਹੀਂ ਕਰਨਾ, ਅਤੇ ਸਪੈਸ਼ਲੀ ਮੇਥੀ ਦਾਣਾ ਬਰਾਊਨ ਨਹੀਂ ਹੋਣਾ ਚਾਹੀਦਾ, ਅਦਰਵਾਈਜ਼ ਉਹਨੇ ਸਾਰੇ ਮਸਾਲੇ ਨੂੰ ਕੌੜਾ ਕਰ ਦੇਣਾ। ਬਸ ਜਸਟ ਜਦੋਂ ਚੰਗੀ ਖੁਸ਼ਬੂ ਆਉਣ ਲੱਗ ਜਾਏ, ਬਸ ਇਸੇ ਸਟੇਜ ਤੱਕ ਆਪਾਂ ਨੇ ਆਪਣੇ ਮਸਾਲੇ ਨੂੰ ਰੋਸਟ ਕਰਨਾ। ਹੁਣ ਆਪਾਂ ਆਪਣੇ ਮਸਾਲੇ ਨੂੰ ਗ੍ਰਾਇੰਡ ਕਰ ਲਾਂਗੇ, ਅਤੇ ਆਪਾਂ ਨੇ ਆਪਣੇ ਮਸਾਲੇ ਨੂੰ ਆਪਣੇ ਗ੍ਰਾਇੰਡਡ ਜਾਰ 'ਚ ਐਡ ਕਰਕੇ ਉਸਦੇ ਵਿੱਚ ਐਡ ਕਰੂੰਗੀ 1/2 tablespoon ਆਫ ਟਰਮਰਿਕ, 1/2 tablespoon ਆਫ ਬਲੈਕ ਪੇਪਰ ਐਂਡ 3-4 tablespoon ਆਫ ਪਿੰਕ ਸੋਲਟ। ਲਓ ਜੀ, ਸਾਡਾ ਮਸਾਲਾ ਰੈਡੀ ਹੈ, ਅਤੇ ਮੈਨੇ ਇਸ ਨੂੰ ਦਰਦਰਾ ਪੀਸਿਆ। ਹੁਣ ਆਪਾਂ ਇੱਕ ਪੈਨ ਦੇ ਵਿੱਚ ਆਲਮੋਸਟ 5 to 6 big tablespoon ਆਫ ਮਸਟਰਡ ਓਇਲ, ਸਰੋਂ ਦਾ ਤੇਲ ਲਵਾਂਗੇ, ਅਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਨੇ ਗਰਮ ਕਰ ਲੈਣਾ। ਹੁਣ ਆਪਾਂ ਐਡ ਕਰਦੇ ਆਪਣੇ ਡਰਾਈ ਇਨਗਰੀਡੀਐਂਟ, ਪਿੰਨ ਸਟਿਕ, ਲੌਂਗ, ਛੋਟੀ ਇਲਾਇਚੀ, ਵੱਡੀ ਇਲਾਇਚੀ, ਰੈਡ ਚਿਲੀਸ ਅਤੇ ਜੀਰਾ। ਜਦੋਂ ਸਾਰੇ ਆਪਣੇ ਡਰਾਈ ਇਨਗਰੀਡੀਐਂਟ ਚਟਕ ਜਾਣਗੇ, ਤਾਂ ਆਪਾਂ ਐਡ ਕਰਾਂਗੇ ਫਰੈਸ਼ ਜਿੰਜਰ ਗਾਰਲਿਕ ਪੇਸਟ। ਮੈਨੇ ਇੱਥੇ ਆਲਮੋਸਟ 3 big tablespoon ਆਫ ਜਿੰਜਰ ਗਾਰਲਿਕ ਪੇਸਟ ਐਡ ਕੀਤਾ, ਅਤੇ ਹੁਣ ਆਪਾਂ ਆਪਣੇ ਮਸਾਲੇ ਨੂੰ ਭੁੰਨਾਂਗੇ ਜਦ ਤੱਕ ਉਸਦਾ ਕੱਚਾਪਨ ਨਾ ਨਿਕਲ ਜੇ। ਅਤੇ ਹੁਣ ਐਡ ਕਰੂੰਗੀ 1/2 tablespoon ਆਫ ਹੀਂਗ, ਆਪਣੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਫੇਰ ਤੋਂ ਮਿਕਸ ਕਰਾਂਗੇ, ਅਤੇ ਹੁਣ ਆਪਾਂ ਐਡ ਕਰਾਂਗੇ ਮੀਟ ਦੇ ਪੀਸਿਸ, ਅਤੇ ਚੰਗੀ ਤਰ੍ਹਾਂ ਮੀਟ ਦੇ ਪੀਸਿਸ ਨੂੰ ਹੁਣ ਆਪਾਂ ਨੇ ਭੁੰਨਣਾ ਮੀਡੀਅਮ ਫਲੇਮ ਦੇ ਉੱਪਰ ਆਲਮੋਸਟ 40-45 minutes। ਟਾਈਮ 5 minutes ਘੱਟ ਵੱਧ ਹੋ ਸਕਦਾ, ਡਿਪੈਂਡ ਔਨ ਯੋਰ ਗੈਸ ਸਟੋਵ ਐਜ਼ ਵੈਲ। ਦੇਖੋ, ਆਪਣੇ ਮੀਟ ਦਾ ਪਾਣੀ ਰਿਲੀਜ਼ ਹੋ ਗਿਆ, ਅਤੇ ਹੁਣ ਆਪਾਂ ਆਲਮੋਸਟ ਆਫਟਰ 20-25 minutes, ਜਦੋਂ ਉਹ ਥੋੜ੍ਹਾ ਜਿਹਾ ਡਰਾਈ ਹੋਣਾ ਸ਼ੁਰੂ ਹੋਏਗਾ ਅਤੇ ਟੈਂਡਰ ਹੋਣਾ ਸ਼ੁਰੂ ਹੋਏਗਾ, ਤਾਂ ਆਪਾਂ ਆਪਣੇ ਡਰਾਈ ਮਸਾਲੇ ਐਡ ਕਰਾਂਗੇ। ਸਭ ਤੋਂ ਪਹਿਲਾਂ ਮੈਨੇ ਐਡ ਕੀਤਾ 1/2 tablespoon ਆਫ ਟਰਮਰਿਕ, 1/2 tablespoon ਆਫ ਰੈੱਡ ਚਿੱਲੀ, 1 tablespoon ਆਫ ਕੋਰੀਐਂਡਰ ਪਾਊਡਰ ਐਂਡ 1/2 tablespoon ਆਫ ਦੇਗੀ ਮਿਰਚ ਕਲਰ ਦੇ ਲਈ ਐਂਡ 1/2 tablespoon ਆਫ ਪਿੰਕ ਸੋਲਟ। ਹੁਣ ਆਪਾਂ ਐਡ ਕਰਾਂਗੇ ਆਪਣੇ ਅਚਾਰ ਦਾ ਸਪੈਸ਼ਲ ਮਸਾਲਾ, ਦਿਲ ਖੋਲ੍ਹ ਕੇ ਪਾਉਣਾ। ਆਲਮੋਸਟ ਮੈਨੇ ਇੱਥੇ 3-4 tablespoon ਫੁੱਲ ਆਪਣੇ ਮਸਾਲੇ ਦੇ ਐਡ ਕੀਤੇ ਨੇ, ਕੰਜੂਸੀ ਬਿਲਕੁਲ ਨਹੀਂ ਕਰਨੀ ਉਰੇ, ਅਤੇ ਚੰਗੀ ਤਰ੍ਹਾਂ ਆਪਣੇ ਸਾਰੇ ਮਸਾਲੇ ਨੂੰ ਆਪਣੇ ਮੀਟ ਦੇ ਵਿੱਚ ਮਿਕਸ ਕਰਾਂਗੇ। ਅਤੇ ਇਸ ਮੀਟ ਨੂੰ ਕੁੱਕ ਕਰਨ ਲਈ ਬਿਲਕੁਲ ਵੀ ਪਾਣੀ ਦਾ
ਯੂਜ ਨਹੀਂ ਕਰਨਾ। ਆਪਣੇ ਮਸਾਲੇ ਨਾਲ ਜਲ ਜਾਣ ਤੇ ਆਪਣੇ ਮੀਟ ਦੇ ਟੇਸਟ ਨੂੰ ਐਨਹੈਂਸ ਕਰਨ ਲਈ ਆਪਾਂ ਨੇ ਇੱਥੇ ਐਡ ਕੀਤੇ ਆਲਮੋਸਟ 3-4 ਟੇਬਲ ਸਪੂਨ ਆਫ ਵਾਈਟ ਵਿਨੇਗਰ। ਵਿਨੇਗਰ ਹੀ ਹੈ ਜੋ ਇਸ ਨੂੰ ਆਲਮੋਸਟ 3-4 ਮੰਥ ਖਰਾਬ ਨਹੀਂ ਹੋਣ ਦੇਗਾ। ਤੁਸੀਂ ਈਜ਼ੀਲੀ ਸਟੋਰ ਕਰ ਸਕਦੇ ਹੋ ਆਪਣੇ ਫਰਿੱਜ ਦੇ ਵਿੱਚ। ਮੀਟ ਨੂੰ ਆਪਾਂ ਨੇ ਆਲਮੋਸਟ 20 ਮਿੰਟ ਲਈ ਭੁੰਨਣਾ। ਉਸ ਟਾਈਮ ਸਾਡਾ ਮੀਟ ਰੈਡੀ ਹੋ ਜਾਏਗਾ ਜਦੋਂ ਉਹ ਥੋੜਾ ਜਿਹਾ ਮੈਰੂਨ ਤੇ ਬਰਾਊਨ ਜਿਹਾ ਕਲਰ ਮਿਕਸ ਹੋ ਜਾਏਗਾ। ਲਓ ਜੀ, ਸਾਡਾ ਮੀਟ ਰੈਡੀ ਹੈ। ਜਦੋਂ ਵੀ ਤੁਸੀਂ ਇਸ ਨੂੰ ਫਰਿੱਜ ਚੋਂ ਕੱਢ ਕੇ ਗਰਮ ਕਰਕੇ ਖਾਣਾ ਚਾਹੁੰਦੇ ਹੋ, ਜੇ ਡਰਾਈ ਨਹੀਂ ਖਾਣਾ ਚਾਹੁੰਦੇ, ਥੋੜਾ ਜਿਹਾ ਪਾਣੀ ਐਡ ਕਰ ਲਿਓ ਉਸ ਟਾਈਮ ਉਨੇ ਪੀਸਿਸ ਦੇ ਵਿੱਚ, ਤਾਂ ਉਸਨੇ ਗ੍ਰੇਵੀ ਬਣ ਜਾਣਾ। ਇੰਜੋਏ ਕਰੋ ਆਪਣੇ ਅਚਾਰ ਨੂੰ। ਮਿਲਦੇ ਆ ਜਲਦੀ ਇੱਕ ਹੋਰ ਨਵੀਂ ਰੈਸਪੀ ਦੇ ਨਾਲ। ਖੁਸ਼ ਰਹੋ, ਮੌਜਾਂ ਮਾਣੋ। ਸਤਿ ਸ਼੍ਰੀ ਅਕਾਲ ਦੋਸਤ।